ਅਸਲਾਮ ਵਾਲੇਕਮ ਸਿਆਣੇ ਕਹਿੰਦੇ ਆਂ ਵੀ ਜੁੱਤੀ 100 ਸਾਲ ਪਹਿਲਾਂ ਵੀ ਪੈਰਾਂ 'ਚ ਹੀ ਪਾਈਦੀ ਸੀ ਤੇ ਹੁਣ ਵੀ ਪੈਰਾਂ 'ਚ ਹੀ ਪਾਉਂਦੇ ਆਂ ਤੇ ਪੱਗ 100 ਸਾਲ ਪਹਿਲਾਂ ਵੀ ਸਿਰ ਤੇ ਹੀ ਰੱਖੀਦੀ ਸੀ ਤੇ ਹੁਣ ਵੀ ਸਿਰ ਤੇ ਹੀ ਧਰਦੇ ਵੀ ਗੱਲ ਕਾਦੀ ਵੀ ਜਿਹੜਾ ਉਹਨਾਂ ਵਕਤਾਂ ਜਿਨ੍ਹਾਂ ਕਿਸੇ ਨੇ ਚੰਗਾ ਕੀਤਾ ਲੋਕ ਅੱਜ ਵੀ ਚੰਗਾ ਕਹਿੰਦੇ ਆਂ ਜੇ ਉਦੋਂ ਕਿਸੇ ਨੇ ਮਾੜਾ ਕੀਤਾ ਨਾ ਤੇ ਲੋਕ ਅੱਜ ਵੀ ਮਾੜਾ ਕਹਿੰਦੇ ਚੰਗੇ ਨੂੰ ਹਰ ਕੋਈ ਚੰਗਾ ਕਹਿੰਦਾ ਕਹਿਣਾ ਵੀ ਚਾਹੀਦਾ ਮੈਂ ਲਾਲਪੁਰ ਤੋਂ ਸਫ਼ਰ ਕਰਕੇ ਇੱਥੇ ਰਾਜਨਪੁਰ ਆਇਆ ਸਿਰਫ ਚੰਗੇ ਨੂੰ ਚੰਗਾ ਕਹਿਣ ਆਇਆ ਵੀ ਸਾਡੇ ਇੱਥੇ ਇਸਲਾਬ ਆਇਆ ਬੜੀ ਸਲਾਬ ਨੇ ਬਰਬਾਦੀ ਕੀਤੀ ਸੀ ਲੋਕ ਰੁੜ ਗਏ ਸੀ ਵਿਚਾਰੇ ਬੜੇ ਪਰੇਸ਼ਾਨ ਪਾਣੀ ਪੀਣ ਵਾਸਤੇ ਪਾਣੀ ਨਹੀਂ ਸੀ ਇੱਥੇ ਬਰਸਾਤੀ ਟੋਇਆਂ ਚੋਂ ਬੱਚੇ ਪਾਣੀ ਪੀਂਦੇ ਸੀ ਲੈ ਆਪਣੀ ਅੱਖਾਂ ਨਾਲ ਆ ਕੇ ਵੇਖਿਆ ਵੀ ਉਹ ਬਾਬਾ ਰਵੀ ਸਿੰਘ ਯੂਕੇ ਵਾਲਾ ਉਹ ਖਾਲਸਾ ਕੰਪਨੀ ਉਹਨਾਂ ਨੇ ਇੱਥੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਐਡੇ ਸੋਹਣੇ ਪੱਕੇ ਕਮਰੇ ਨਾਲ ਰਸੋਈਆਂ ਅੱਗੇ ਬਰਾਂਡਾ ਤੇ ਗੁਸਲਖਾਨੇ ਬਣਾ ਕੇ ਦਿੱਤੇ ਇੱਥੇ ਨਲਕੇ ਲਾ ਕੇ ਦਿੱਤੇ ਮੈਂ ਹੈਰਾਨ ਹੋ ਗਿਆ ਵੀ ਇੱਥੇ ਮਸੀਤ ਵੀ ਬਣਾ ਕੇ ਦਿੱਤੀ ਉਸਿਆਣੇ ਕਹਿੰਦੀ ਆ ਨਾ ਵੀ ਇਹ ਨਾ ਦੇਖੋ ਵੀ ਕੌਣ ਕਹਿ ਰਿਹਾ ਬਸ ਇਹ ਸੁਣੋ ਵੀ ਕੀ ਕਹਿ ਰਿਹਾ ਵੀ ਕੰਮ ਦੇਖੋ ਜਿਹਨੇ ਚੰਗਾ ਕੀਤਾ ਨਾ ਉਹਨੂੰ ਚੰਗਾ ਕਹਿਣਾ ਚਾਹੀਦਾ ਬਸ ਇਹ ਦਿਲ ਦੁਖਿਆ ਵੀ ਅਗਰ ਕੋ ਬੰਦਾ ਏਡੀ ਦੋਰੋਂ ਆ ਕੇ ਸਾਡੇ ਭੈਣ ਭਰਾਵਾਂ ਰਿਸ਼ਤਾ ਤਾਂ ਇਨਸਾਨੀਅਤ ਦਾ ਨਾ ਜੀ ਗੱਲ ਤਾਂ ਇਨਸਾਨੀਅਤ ਦੀ ਆ ਵੀ ਕਿਸੇ ਨੇ ਜੇ ਚੰਗਾ ਸੋਚਿਆ ਨਾ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ ਸੀ ਸਾਡੇ ਜਿਵੇਂ ਇੱਥੇ ਮੀਡੀਆ ਨੂੰ ਕਹਿਣਾ ਚਾਹੀਦਾ ਸੀ ਨਾ ਉਵੇਂ ਉਹਨਾਂ ਨੇ ਕਿਹਾ ਨਹੀਂ ਤੇ ਆਪਣੇ ਅੱਖੀ ਦੇਖ ਕੇ ਤੇ ਅਸੀਂ ਚੰਗੇ ਨੂੰ ਚੰਗਾ ਕਹਿਣ ਆਏ ਆ ਬਾਕੀ ਹੁੰਦਾ ਇਹ ਦਿਲ ਦਾ ਵਹਿਮ ਹੀ ਆ ਬੀਓ ਫਲਾਣਾ ਤੇ ਕਿਹੜਾ ਇਨਸਾਨੀਅਤ ਹੋਣੀ ਚਾਹੀਦੀ ਆ ਗੱਲ ਹੋਣੀ ਚਾਹੀਦੀ ਇਨਸਾਨੀਅਤ ਦੇ ਨਾਤੇ ਤੇ ਉਹ ਜਿੱਦਾਂ ਵਹਿਮ ਦੀ ਗੱਲ ਐ ਵੀ ਕੋਈ ਬੰਦਾ ਬੈਠਾ ਸੀ ਜੰਗਲ ਦੇ ਵਿੱਚ ਨਾ ਤੇ ਉਹ ਦੋ ਬੰਦੇ ਬੈਠੇ ਕੋਈ ਚਰਸ ਪੀ ਰਹੇ ਸੀ ਚਰਸੀ ਤੇ ਗੋਲੀ ਚੱਲੀ ਤੇ ਉਹਨੇ ਉਹ ਨਾਲ ਦੇ ਨੂੰ ਆਖਿਆ ਕਹਿੰਦਾ ਵੀ ਤੇਰੇ ਵੱਜੀ ਏ ਉਹ ਕਹਿੰਦਾ ਵੀ ਮੇਰੇ ਤਾਂ ਨਹੀਂ ਵੱਜੀ ਉਹ ਆਪ ਹੀ ਡਿੱਗ ਗਿਆ ਕਹਿੰਦਾ ਫੇਰੇ ਮੇਰੇ ਵੱਜੀ ਹੁਣੀ